ਉਟਿਕਾ ਹੋਇਆ ਖਤਮ ਰਿਲੀਜ਼ ਹੋਇਆ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਅਟੈਚ ਪਤਾ ਨਹੀਂ ਕਿਉਂ ਜਮਾ ਹੋਇਆ ਤੇਜ ਤੇਰੇ ਨਾਂ 10 ਮਿੰਟਾਂ ਦੇ ਵਿੱਚ ਹੀ ਗੀਤ ਨੇ ਤੋੜ ਦਿੱਤੇ ਸਾਰੇ ਰਿਕਾਰਡ ਜੀ ਮੈਂ ਸ਼ਰਮਾ ਚਰਦੀਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਚੁੱਕੇ ਪੰਜਾਬੀ ਗਾਇਕ ਸਿੱਧੂ ਮਸੇਵਾਲੇ ਦਾ ਨਵਾਂ ਗੀਤ ਅਟੈਚ ਅੱਜ ਰਿਲੀਜ਼ ਹੋ ਗਿਆ ਇਸ ਗੀਤ ਦੇ ਵਿੱਚ ਸਿੱਧੂ ਮਸੇਵਾਲੇ ਦੇ ਨਾਲ ਬ੍ਰਿਟਿਸ਼ ਰੈਪਰ ਤੇ ਗਾਇਕ ਫਰੀਦੂ ਅਤੇ ਸਟੀਲ ਬੈਂਗਲਜ਼ ਵੀ ਨਜ਼ਰ ਆ ਰਹੇ ਹਨ ਗੀਤ ਸਿੱਧੂ ਮਸੇਵਾਲੇ ਦੇ ਅਫੀਸ਼ੀਅਲ YouTube ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ ਗੀਤ ਨੂੰ ਰਿਲੀਜ਼ ਹੁੰਦਿਆ ਹੀ 10 ਮਿੰਟਾਂ ਦੇਰਮਿਆਨ ਹੀ 5 ਲੱਖ ਵਿਊਜ਼ ਮਿਲ ਚੁੱਕੇ ਹਨ ਅਤੇ 1.5 ਲੱਖ ਤੋਂ ਵੱਧ ਲੋਕ ਲਾਈਵ ਬੈਠੇ ਸੇ ਜਦੋਂ ਗੀਤ ਰਿਲੀਜ਼ ਹੋਇਆ ਤਾਂ ਦੱਸਦੇ ਕਿ 12 ਵਜਦਿਆਂ ਹੀ ਗੀਤ ਨੂੰ 12 ਲੱਖ ਵਿਊਜ਼ ਜਿਹੜੇ ਕਿ ਉਹ ਪਾਰ ਹੋ ਚੁੱਕੇ ਸੀ ਗਾਇਕ ਦੇ ਮੌਤ ਤੋਂ ਬਾਅਦ ਇਹ 6ਵਾਂ ਗੀਤ ਹੈ ਜੋ ਅੱਜ ਰਿਲੀਜ਼ ਕੀਤਾ ਗਿਆ ਸਿੱਧੂ ਮਸੇਵਾਲੇ ਦਾ ਆਖਰੀ ਗੀਤ ਬ੍ਰਿਟੇਨ ਦੇ ਗਾਇਕਾ ਸਟਾਫ ਲੰਡਨ ਨਾਲ ਡਿਲੇਮਾ ਰਿਲੀਜ਼ ਹੋਇਆ ਸੀ ਜਿਸ ਦੇ ਵਿੱਚ AI ਅਤੇ ਵਿਜ਼ੂਅਲ ਗ੍ਰਾਫਿਕ ਦੇ ਮਦਦ ਦੇ ਨਾਲ ਸਿੱਧੂ ਮਸੇਵਾਲੇ ਨੂੰ ਵੀਡੀਓ ਵਿੱਚ ਦਰਸਾਇਆ ਗਿਆ ਸੀ ਜਿਸ ਕਾਰਨ ਕਿ ਕਈ ਮਹੀਨਿਆਂ ਤੋਂ ਸਿੱਧੂ ਦਾ ਕੋਈ ਵੀ ਨਵਾਂ ਗੀਤ ਰਿਲੀਜ਼ ਨਹੀਂ ਹੋਇਆ ਸੀ ਇਸ ਲਈ ਸਿੱਧੂ ਮਸੇਵਾਲੇ ਨੂੰ ਚਾਹਣ ਵਾਲਿਆਂ ਨੂੰ ਹੁਣ 30 ਅਗਸਤ ਦੀ ਬੇਸਬਰੀ ਦੇ ਨਾਲ ਉਡੀਕ ਸੀ ਦੱਸਿਆ ਕਿ ਸਿੱਧੂ ਮਸੇਵਾਲੇ ਦਾ ਪਹਿਲਾ ਗੀਤ ਜੇ ਵੈਗਮ ਆਇਆ ਸੀ ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੁੰਦੇ ਗਏ ਅਤੇ ਸਾਰੇ ਹੀ ਗੀਤ ਸਿੱਧੂ ਮਸੇਵਾਲੇ ਦੇ ਸੁਪਰ ਡੂਪਰ ਹਿੱਟ ਹੋਏ ਗੀਤਾ ਰਾਹੀਂ ਹੀ ਸਿੱਧੂ ਮਸੇਵਾਲੇ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਂ ਚ ਮਕਾਇਆ ਹਾਲਾਂਕਿ ਹਰ ਗੀਤ ਦੇ ਵਿੱਚ ਜੋ ਬੋਲ ਸਿੱਧੂ ਮੂਸੇਵਾਲੇ ਦੇ ਸੀ ਉਹ ਸੱਚ ਹੋਏ ਨੇ ਜਿਵੇਂ ਕਿ ਇੱਕ ਗੀਤ ਦੇ ਵਿੱਚ ਸਿੱਧੂ ਦੇ ਵੱਲੋਂ ਕਿਹਾ ਗਿਆ ਸੀ ਕਿ ਰੈਂਦੀ ਦੁਨੀਆ ਤੱਕ ਨਾਮ ਰਹੂਗਾ ਤਾਂ ਅੱਜ ਚਾਰੇ ਪਾਸੇ ਸਿੱਧੂ ਦੀ ਚਰਚਾ ਹੈ ਉਹਨਾਂ ਹੀ ਪਿਆਰ ਸਿੱਧੂ ਮੂਸੇਵਾਲੇ ਨੂੰ ਫੈਨਸ ਦੇ ਰਹੇ ਨੇ ਜਿੰਨਾ ਉਹਨਾਂ ਦੇ ਹੁੰਦਿਆ ਦਿੰਦੇ ਸੀ ਦੱਸ ਦੇ ਕਿ 29 ਮਈ 2022 ਉਹ ਮਨਹੂਸ ਦਿਨ ਜਿਸ ਦਿਨ ਗੋਲੀਆਂ ਮਾਰ ਕੇ ਸਿੱਧੂ ਮਸੇਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਵੀ ਸਿੱਧੂ ਮਸੇਵਾਲਾ ਆਪਣੇ ਗੀਤਾਂ ਦੇ ਜ਼ਰੀਏ ਅੱਜ ਵੀ ਆਪਣੇ ਫੈਨਜ਼ ਦੇ ਦਿਲਾਂ ਦੇ ਵਿੱਚ ਉਸੇ ਤਰ੍ਹਾਂ ਧੜਕ ਰਿਹਾ ਜਿਵੇਂ ਕਿ ਪਹਿਲਾਂ ਧੜਕਦਾ ਹੁੰਦਾ ਸੀ ਤਾਂ ਅੱਜ ਵੀ ਹਰ ਕੋਈ ਸਿੱਧੂ ਮਸੇਵਾਲੇ ਨੂੰ ਉਨਾ ਹੀ ਮਾਣ ਸਤਿਕਾਰ ਅਤੇ ਪਿਆਰ ਦਿੰਦਾ ਤਾਂ ਇੱਕ ਤੋਂ ਬਾਅਦ ਇੱਕ ਗੀਤ ਨੇ ਜਿਹੜੇ ਕਿ ਉਹ ਹੁਣ ਵੀ ਰਿਲੀਜ਼ ਹੋ ਰਹੇ ਨੇ ਜਿਵੇਂ ਕਿ ਪਿਤਾ ਬਲਕੌਰ ਸਿੰਘ ਸਿੱਧੂ ਦੇ ਵੱਲੋਂ ਵੀ ਕਿਹਾ ਗਿਆ ਸੀ ਬਹੁਤ ਸਾਰੇ ਨਿੱਜੀ ਚਲਾਨਾਂ ਤੇ ਬਿਆਨ ਦਿੱਤਾ ਗਿਆ ਸੀ ਕਿ ਗੀਤ ਜਿਹੜੇ ਕਿ ਸਿੱਧੂ ਮਸੇਵਾਲ ਦੇ ਕਦੇ ਵੀ ਨਹੀਂ ਮੁੱਕਣਗੇ ਇੱਕ ਤੋਂ ਬਾਅਦ ਇੱਕ ਗੀਤ ਜਿਹੜੇ ਕਿ ਉਹ ਰਿਲੀਜ਼ ਹੁੰਦੇ ਰਹਿਣਗੇ ਤਾਂ ਅੱਜ 6ਵਾਂ ਗੀਤ ਹੈ ਸਿੱਧੂ ਮਸੇਵਾਲ ਦੇ ਮੌਤ ਮਗਰੋਂ ਜਿਹੜਾ ਕਿ ਰਿਲੀਜ਼ ਹੋਇਆ ਅਟੈਚ ਤਾਂ ਗੀਤ ਨੂੰ ਤੁਸੀਂ ਸੁਣਿਆ ਜਾਂ ਫੇ ਨਹੀਂ ਜੇਕਰ ਸੁਣਿਆ ਤੁਸੀਂ ਸਿੱਧੂ ਮਸੇਵਾਲੇ ਦਾ ਗੀਤ ਤਾਂ ਕਿਵੇਂ ਦਾ ਤੁਹਾਨੂੰ ਲੱਗਿਆ ਨਿਚੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਹਾਂ ਤੁਸੀਂ ਨਹੀਂ ਸੁਣਿਆ ਤਾਂ ਜ਼ਰੂਰ ਸੁਣੋ ਕਿਉਂਕਿ ਸਿੱਧੂ ਮੂਸੇਵਾਲੇ ਦੇ ਗੀਤ ਦੀ ਹਰ ਕਿਸੇ ਨੂੰ ਜਿਹੜੀ ਕਿ ਬੇਸਬਰੀ ਦੇ ਨਾਲ ਉਡੀਕ ਹੁੰਦੀ ਹੈ ਤਾਂ 31 ਅਗਸਤ ਦੇ ਹਰ ਕੋਈ ਉਡੀਕ ਕਰ ਰਿਹਾ ਸੀ ਕਿ ਕਦੋਂ 31 ਅਗਸਤ ਆਵੇਗੀ ਤਾਂ ਕਦੋਂ ਉਹਨਾਂ ਦੇ ਹੀਰੋ ਦਾ ਗੀਤ ਰਿਲੀਜ਼ ਹੋਵੇਗਾ ਤਾਂ 10 ਵਜੇ ਦੇ ਕਰੀਬ ਅੱਜ ਇਹ ਗੀਤ ਰਿਲੀਜ਼ ਹੋਇਆ ਹੈ 1.5 ਲੱਖ ਦੇ ਕਰੀਬ ਜਿਹੜੇ ਕਿ ਲਾਈਵ ਬੈਠੇ ਸੀ ਫੈਨਸ ਜਿਨ੍ਹਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਦੋਂ ਉਹਨਾਂ ਦੇ ਹੀਰੋ ਦਾ ਗੀਤ ਰਿਲੀਜ਼ ਹੋਵੇਗਾ ਤਾਂ 11 ਵਜੇ ਤੱਕ ਜਿਹੜੇ ਕਿ 9 ਲੱਖ ਤੋਂ ਵੱਧ ਵਿਊਜ਼ ਹੋ ਚੁੱਕੇ ਸੀ ਇਸੇ ਤਰ੍ਹਾਂ ਦੁਪਹਿਰ ਦੇ 12 ਜਿਵੇਂ ਵੱਜਦੇ ਨੇ ਤਾਂ 12 ਲੱਖ ਤੋਂ ਵਿਊਜ਼ ਜਿਹੜੇ ਕਿ ਉਹ ਪਾਰ ਹੋ ਜਾਂਦੇ ਨੇ ਤਾਂ ਹਰ ਇੱਕ ਗੀਤ ਜਿਹੜਾ ਕਿ ਉਹ ਮੁਸੇਵਾਲੇ ਦਾ ਸੁਪਰ ਡੂਪਰ ਹਿੱਟ ਗਿਆ ਤਾਂ ਹੁਣ ਇਸ ਗੀਤ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਕਿਵੇਂ ਦਾ ਲੱਗਿਆ ਤੁਹਾਨੂੰ ਤੁਹਾਡੇ ਹੀਰੋ ਦਾ ਇਹ ਗੀਤ niche comment box ਦੇ ਵਿੱਚ ਦੱਸਣਾ ਨਾ ਭੁੱਲਣਾ ਦੇਖਦੇ ਰਹੋ ਚਰਦੀਕਲਾ ਟਾਈਮ ਟੀਵੀ ਧੰਨਵਾਦ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ